पंजाब विच कब्जे वाली थां ते रह रहे लोगों नूं वड्डी राहत दिंदिआं ऐलान किया गया है कि जल्द ही कब्जे वाली थां दीआं रजिस्ट्रियां करन लई आदेश जारी किए जाणगे। इस खबर से जलंधर के नॉर्थ हल्के वार्ड नंबर 6 के कौंसलर निर्मलजीत सिंह निम्मा, वार्ड नंबर 9 के कौंसलर परमजीत सिंह पम्मा वालों लोगों को वड्डी खुशखबरी बारे जानकारी देने लई प्रोग्राम करवाया गया, जिस दौरान भारी गिणती विच इलाका वासियों ने हिस्सा लिया। लोगों को संबोधन करदिया कौंसलर निर्मलजीत सिंह निम्मा ने कहा कि सब का सेहरा नॉर्थ हल्के के विधायक बाबा हैनरी और सबका कैबिनेट मंत्री अवतार हैनरी वालों लोगों को 2017 दी चोणां दौरान किया वड्डा वादा सी, जिसन पूरा करके उन्होंने पूरे नॉर्थ हल्के ही नहीं बल्कि पूरे पंजाब कब्जे दी थावां ते रह रहे लोगों को बहुत ही वड्डा तोहफा दिता है। इलाका वासियों वालों पंजाब के मुख्यमंत्री कैप्टन अमरिंदर सिंह, सबका कैबिनेट मंत्री अवतार हैनरी, विधायक बाबा हैनरी, कौंसलर निर्मलजीत सिंह निम्मा, परमजीत सिंह पम्मा, गुरिंदर सिंह लाडी सरपंच पिंड कोटला, जगीर सिंह, निक्का पंडित, कुलदीप कुमार, बलजिंदर सिंह, डॉक्टर भारद्वाज, बबलू शर्मा आदि मौजूद सन। ਅੱਜ ਨੇ ਮੈਂ ਦੱਸਣਾ ਅੱਜ ਜਿਹੜਾ ਫੰਕਸ਼ਨ ਹੋਇਆ ਇਹਦੇ ਬਾਰੇ ਕੀ ਡਿਟੇਲ ਹੈਗੀ ਦੱਸਣਾ ਅੱਜ? ਇੱਕ ਤਾਂ ਸਾਰੇ ਅੱਜ ਸਾਰੇ ਕਾਂਗਰਸੀ ਵਰਕਰਾਂ ਨੇ ਮਹੱਲੇ ਵਾਲਿਆਂ ਨੇ ਮਿਲ ਕੇ ਜੋ ਕੈਪਟਨ ਸਾਹਿਬ ਜੀ ਨੇ ਸਪੈਸ਼ਲ ਅਧਿਵੇਸ਼ਨ ਬੁਲਾਇਆ ਵਿਧਾਨ ਸਭਾ ਦੇ ਵਿੱਚ, ਇੱਕ ਉਹ ਲੜਾਈ ਇਹਨਾਂ ਨੇ ਜਿਹੜੀ ਸੈਂਟਰ ਗੌਰਮੈਂਟ ਦੇ ਖਿਲਾਫ ਅਨਿਆਏ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਆ ਉਹਦੇ ਵਿੱਚ ਅਸੀਂ ਆਪਣੇ ਸਾਬਤ ਕਰਨਾ ਆਪਣਾ ਸ਼ੋਅ ਕਰਨਾ ਚਾਹੁੰਦੇ ਹਾਂ ਕਿ ਅਸੀਂ ਕੈਪਟਨ ਸਾਹਿਬ ਜੀ ਦੇ ਨਾਲ ਹਾਂ, ਕਾਂਗਰਸ ਦੇ ਨਾਲ ਹਾਂ, ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਆ, ਜੇ ਇੱਕ ਰਿਸਕ ਲਿਆ ਸੈਂਟਰ ਨਾਲ ਲੜਨ ਦਾ ਅਤੇ ਉਹ ਹਰ ਥਾਂ 'ਤੇ ਕਾਮਯਾਬ ਹੋਣ, ਅਸੀਂ ਉਹਨਾਂ ਦੇ ਨਾਲ ਜੋ ਸਾਨੂੰ ਕੰਮ ਦੇਣਗੇ ਜਿੱਥੇ ਸਾਡੀਆਂ ਡਿਊਟੀਆਂ ਲਾਣਗੇ ਅਸੀਂ ਉਹਨਾਂ ਨਾਲ ਡਟ ਕੇ ਖੜ੍ਹੇ ਹਾਂ ਕਾਂਗਰਸ ਨਾਲ, ਕਿਉਂਕਿ ਕਾਂਗਰਸ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ। ਜਿਹੜੀਆਂ ਰਜਿਸਟਰੀਆਂ ਦੀ ਗੱਲ ਕੀਤੀ ਜਾ ਰਹੀ ਕਬਜ਼ੇ ਵਾਲੀ ਜ਼ਮੀਨਾਂ ਦੀ, ਇਹ ਕਦੋਂ ਤੱਕ ਸ਼ੁਰੂ ਹੋ ਰਿਹਾ ਹੈਗਾ? ਇਹ ਇੱਕ ਬਹੁਤ ਵੱਡਾ ਡਿਮਾਂਡ ਸੀ ਲੋਕਾਂ ਦੀ ਪਿਛਲੇ 15-20 ਸਾਲਾਂ ਤੋਂ। ਇਹ ਜਿਵੇਂ ਸਾਡਾ ਉਦਾਹਰਨ ਦੇ ਤੌਰ 'ਤੇ ਸਾਡਾ ਹਰਦਿਆਲ ਨਗਰ ਹੀ ਲੈ ਲਓ, ਇਹ 15 ਸਾਲ ਤੋਂ ਮਹੱਲਾ ਵਸਿਆ ਹੋਇਆ ਕਬਜ਼ੇ ਵਾਲੀ ਜ਼ਮੀਨ 'ਤੇ ਵਸਿਆ, 80% ਲੋਕ ਕਬਜ਼ੇ ਵਾਲੇ ਆ ਅਤੇ 2-3-4 ਮਰਲੇ ਵਾਲੇ ਗਰੀਬ ਲੋਕ ਆ ਜਿਨ੍ਹਾਂ ਨੇ ਮਿਹਨਤਾਂ ਕਰ ਕਰਕੇ 15-15-20 ਹਜ਼ਾਰ ਨੂੰ ਮਰਲਾ ਲੈ ਕੇ ਸਸਤੇ ਜ਼ਮੀਨ ਦੇ ਲਾਲਚ ਦੇ ਵਿੱਚ ਆਪਣਾ ਘਰ ਬਣਾਏ ਸੀ। ਸਾਡੇ MLA ਸਾਹਿਬ ਬਾਬਾ ਜੀ ਹੈਨਰੀ ਸਾਹਿਬ ਜਦੋਂ ਇਹ ਬਣੇ ਸੀ ਅਸੀਂ ਇਹਨਾਂ ਨੂੰ ਪ੍ਰੋਬਲਮ ਦੱਸੀ ਸੀ ਆਪਣੀ, ਸਾਡੇ ਬਹੁਤ ਹੀ ਸਤਿਕਾਰਯੋਗ MLA ਸਾਹਿਬ ਬਾਬਾ ਜੀ ਹੈਨਰੀ ਸਾਹਿਬ ਨੇ 3 ਸਾਲਾਂ ਲੜਾਈ ਜਿੱਤੀ ਆ। ਉਹਨਾਂ ਨੇ ਇੱਕ ਇਸ ਮਾਮਲੇ 'ਚ ਆਪਣੇ ਕੈਪਟਨ ਸਾਹਿਬ ਜੀ ਨੂੰ ਵਿਧਾਨ ਸਭਾ ਨੂੰ ਕਨਵਿੰਸ ਕੀਤਾ ਆ ਕਿ ਜਿਹੜੇ ਲੋਕ ਇੱਥੇ ਬੈਠੇ ਆ ਉਹਨਾਂ ਜਿਹੜੇ ਲਾਲ ਕੀ ਦੇ ਅੰਦਰ ਬੈਠੇ ਆ ਸਾਨੂੰ ਉਹਨਾਂ ਦਾ ਬਾਂਹ ਫੜਨੀ ਚਾਹੀਦੀ ਆ, ਸਾਨੂੰ ਉਹਨਾਂ ਨੇ ਆਸ਼ਵਾਸਨ ਦਿੱਤਾ ਆ ਕਿ ਉਹ ਬਾਂਹ ਫੜਨਗੇ ਅਤੇ 1-2 ਦਿਨਾਂ ਦੇ ਵਿੱਚ ਇਹਦੇ ਵਿੱਚ ਅਧਿਵੇਸ਼ਨ ਲਿਆ ਕੇ ਸਾਨੂੰ ਇਹ ਜਿਹੜੀਆਂ ਸਾਡੀ ਜ਼ਿੰਦਗੀ ਭਰ ਦੀ ਸਾਡੀ ਮਿਹਨਤ ਆ ਗਰੀਬਾਂ ਦੀ ਉਹਨੂੰ ਸਾਕਾਰ ਕਰਨਗੇ ਅਤੇ ਅਸੀਂ ਉਹਨਾਂ ਦੇ ਇਸ ਕਦਮ ਲਈ ਕਾਂਗਰਸ ਅਤੇ ਇਕੱਲਾ ਨੌਨ ਜਿਹੜਾ ਇਹੋ ਜਿਹੇ ਕਲੋਨੀਆਂ 'ਚ ਬੈਠਾ ਆ ਜਿਵੇਂ ਜੈਮਨ ਨਗਰ, ਉਪਕਾਰ ਨਗਰ, ਹਰਦਿਆਲ ਨਗਰ, ਬਲਦੇਵ ਨਗਰ, ਕ੍ਰਿਸ਼ਨਪੁਰਾ, ਲੰਮਾ ਪਿੰਡ, ਲਾਲ ਲਕੀਰ ਦੇ ਅੰਦਰ, ਸਾਰਾ ਲੰਮਾ ਪਿੰਡ ਸਾਰਾ ਲਾਲ ਲਕੀਰ ਦੇ ਅੰਦਰ ਆ ਸਾਡਾ ਉਪਕਾਰ ਹਰਦਿਆਲ ਨਗਰ, ਅਸੀਂ ਉਹਨਾਂ ਦੇ ਰਿਣੀ ਹੋ ਗਏ ਅੱਜ ਕਾਂਗਰਸ ਦੇ। ਅੱਜ ਕਾਂਗਰਸ ਨੇ ਅਵਤਾਰ ਜੀ ਬਾਬਾ ਜੀ ਹੈਨਰੀ ਸਾਹਿਬ ਸਾਡੇ MLA ਸਾਹਿਬ ਨੇ ਕੈਪਟਨ ਸਾਹਿਬ ਜੀ ਨੇ ਸਾਨੂੰ ਖਰੀਦ ਲਿਆ, ਅੱਗੇ ਅਸੀਂ ਵਰਕਰ ਸੀ, ਅੱਜ ਅਸੀਂ ਉਹਨਾਂ ਦੇ ਆਪਣੇ ਨੂੰ ਇੱਕ ਸੈਨਾਪਤੀ ਉਹਨਾਂ ਨੂੰ ਮਹਿਸੂਸ ਕਰਦੇ ਹਾਂ। ਸਾਨੂੰ ਡਿਊਟੀਆਂ ਲਾਉਣ ਜਿੱਥੇ BJP ਅਕਾਲੀ ਦਲ ਉਹਨਾਂ ਨਾਲ ਮਤਲਬ ਸਾਡੇ ਪੰਜਾਬ ਨੂੰ ਧੱਕਾ ਕਰਨਗੇ, ਅਸੀਂ ਉਹਨਾਂ ਨਾਲ ਹਰ ਤਰੀਕੇ ਨਾਲ ਉਹਨਾਂ ਨੂੰ ਨਜਿੱਠਾਂਗੇ, ਵਿਧਾਨ ਸਭਾ 'ਚੋਂ ਇਹ ਮੋਰਚਾ ਮਾਰ ਕੇ ਆਉਣ, ਅਸੀਂ ਉਹਨਾਂ ਦੀ ਜੈ ਜੈਕਾਰ ਕਰਾਂਗੇ, ਉਹਨਾਂ ਦਾ ਸਵਾਗਤ ਕਰਾਂਗੇ, ਅਸੀਂ ਉਹਨਾਂ ਨੂੰ ਜੀ ਆਇਆਂ ਕਰਦੇ ਹਾਂ ਅਤੇ ਧੰਨਵਾਦ ਕਰਦੇ ਹਾਂ। ਦੇਖੋ ਜੋ ਕੈਪਟਨ ਸਾਹਿਬ ਨੇ ਕੀਤਾ ਉਪਰਾਲਾ ਬਹੁਤ ਸ਼ਲਾਘਾਯੋਗ ਆ, ਇਹਨਾਂ ਨੂੰ ਛੋਟੇ ਛੋਟੇ ਜਿਹੜੇ ਪਲਾਟ ਸੀ 2-2-3-3 ਮਰਲੇ ਵਾਲੇ ਉਹਨਾਂ ਨੂੰ ਰਜਿਸਟਰੀ ਕਰਾਉਣ ਦਾ ਹੁਣ ਮੌਕਾ ਮਿਲੇਗਾ, ਉਹਨਾਂ ਦੇ ਵਾਸਤੇ ਘਰ ਦੀ ਬਹੁਤ ਇੱਕ ਇੱਕ ਪੈਸਾ ਜੋੜ ਕੇ ਇਹਨਾਂ ਨੇ ਮਿਹਨਤ ਨਾਲ, ਜਿੱਦਾਂ ਇਹਨਾਂ ਨੇ ਹੁਣੇ ਨਿੰਮਾ ਸਾਹਿਬ ਨੇ ਦੱਸਿਆ ਕਿ ਬੜੀ ਮਿਹਨਤ ਨਾਲ ਇੱਕ ਇੱਕ ਘਰ ਬਣਾਇਆ ਸੀ, ਆਸ਼ੀਆਨਾ ਇਕੱਠਾ ਕੀਤਾ। ਔਰ ਦੇਖੋ ਜਿਹੜੇ ਹੁਣ ਇਕੱਲੇ ਇਕੱਲੇ ਨੂੰ ਸਾਰਿਆਂ ਨੂੰ ਰਜਿਸਟਰੀਆਂ ਹੋ ਜਾਣਗੀਆਂ ਤਾਂ ਬਹੁਤ ਫਾਇਦਾ ਆਊਗਾ। ਅਸੀਂ ਕੈਪਟਨ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ, ਬਾਬਾ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜਾ ਇਹਨਾਂ ਨੇ ਬਹੁਤ ਸੁਜਾਗਾ ਦਾ ਯੋਗ ਦਾ ਕੰਮ ਕੀਤਾ, ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਜੈ ਅੱਜ ਬੜਾ ਹੀ ਖੁਸ਼ੀ ਵਾਲਾ ਦਿਨ ਹੈ, ਇੱਕ ਗਰੀਬ ਨੂੰ ਆਪਣੇ ਘਰ ਦਾ ਅਧਿਕਾਰ ਮਿਲਣ ਜਾ ਰਿਹਾ। ਇਹ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਦਾ, ਕਾਂਗਰਸ ਪਾਰਟੀ ਦਾ, ਔਰ ਸਾਡੇ MLA ਬਾਬਾ ਹੈਨੀ ਜੀ, ਵੱਡੇ ਪਿਤਾ ਸਮਾਨ ਸ਼੍ਰੀ ਅਵਤਾਰ ਹੈਨੀ ਜੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਉਹਨਾਂ ਦੀ ਸੈਨਾ ਆ, ਉਹਨਾਂ ਦੇ ਕਹਿ 'ਤੇ ਚੱਲਦੇ ਹਾਂ। ਅਸੀਂ ਉਹਨਾਂ ਦਾ ਇਸ ਗੱਲੋਂ ਵੀ ਧੰਨਵਾਦ ਕਰਦੇ ਹਾਂ ਕਿ ਉਹ ਹਮੇਸ਼ਾ ਹੀ ਜਦੋਂ ਵੀ ਸਰਕਾਰ ਹੋਬੇ ਦੇ ਵਿੱਚ ਆਏ ਆ ਉਹਨਾਂ ਨੇ ਗਰੀਬਾਂ ਦੀ ਬਾਂਹ ਫੜੀ ਆ। ਮੈਂ ਅੱਜ ਇਹਨਾਂ ਸਾਰੇ ਵਾਸੀਆਂ ਨਾਲ ਜਿਹੜੇ ਹਰਦਿਆਲ ਨਗਰ ਦੇ ਆ, ਜਿਹੜੇ ਸੰਤੋਖਪੁਰਾ ਤੋਂ ਚੱਲ ਕੇ ਇੱਥੇ ਰਹਿੰਦੇ ਆ, ਗਰੀਬ ਵਿਚਾਰੇ ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਮਿਹਨਤ ਕਰਕੇ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ, ਇੱਕ ਇੱਕ ਪੈਸਾ ਜੋੜ ਕੇ ਉਹਨਾਂ ਨੇ 2-2-3-3 ਮਰਲੇ ਦੇ ਪਲਾਟ ਲਏ ਆ, ਉਹਨਾਂ ਨੂੰ ਆਪਣਾ ਅਮਲ ਕਰਨਾ ਜਿਹੜਾ ਹੱਕ ਆ ਉਹ ਮਿਲਣ ਜਾ ਰਿਹਾ ਹੈ। ਆ ਵਧਾਈ ਦੇ ਪਾਤਰ ਆ,
कैप्टन अमरिंदर सिंह जी, ये सारे लोग जिन्होंने इन्होंने मेहनत करके साढ़े निम्मा जी कौंसल साहब जिन्होंने बड़ी मेहनत की इस इलाके वास्ते जो कर भी रहे हैं अगांह तो भी करे, मैं सारे का धन्यवाद करदा और इस गल का शलाघा करदा कि कैप्टन अमरिंदर सिंह जी ने जो कदम चुकया पंजाब सरकार दे पंजाब दे विच, ये जलंधर वास्ते नहीं सारे पंजाब दे विच ये इस्तेमाल करना जिहड़ा हक मिलेगा। मैं कैप्टन अमरिंदर सिंह जी का, बाबा हैनी जी का, वड्डे पिता समान अवतार हैनी जी का तह दिलों धन्यवाद करदा कि आने वाले समय के जोड़ा ये लोग साढ़े ना इदा ही प्यार दे नाल खड़े होंगे, असी इन्हों के नाल हमेशा मोढ़े ना मोढ़ा जोड़ के काम करांगे। जय हिंद जय भारत। जगह लिखी सी 3 साल तो, 3 साल किने साल तो रह रहे हो? 3 साल तो। अच्छा जी। हाँ जी। उन्होंने के बोर्ड लग गए सी। अच्छा जी। सारे डर गए सी। जी। भी ऐसी मसी का पैसा सारे ने इकट्ठा करना। ठीक है ना, असी कहने भी रजिस्ट्रियां बनन, असी एमएलए साहब का धन्यवाद कर रहे हैं। मदे की होया दसो आज तुसी? एमएलए दा धन्यवाद करते हैं ते बस साडीयां रजिस्ट्रियां बन जाण। किन्नी देर तो तुसी कब्जे जमीन च रह रहे सीगे? ਪਹਿਲਾਂ ਤਾਂ 15 ਸਾਲ ਹੋ ਗਿਆ ਅਤੇ ਹੁਣ ਉੱਧਰ 1 ਸਾਲ ਕੁ ਹੋ ਗਿਆ। ਅੱਛਾ, ਕੋਈ ਸਰਕਾਰੀ ਫਾਇਦਾ ਪਹਿਲਾਂ ਮਿਲਦਾ ਸੀ ਕਦੀ? ਨਹੀਂ ਮਿਲਿਆ। ਹੁਣ ਕੀ ਚਾਹੁੰਦੇ ਤੁਸੀਂ, ਕੀ ਮਹਿਸੂਸ ਕਰਦੇ ਕਿ ਫਾਇਦਾ ਮਿਲਣਗੇ ਕਿ ਸਰਕਾਰ? ਮਿਲੇਗਾ ਫਾਇਦਾ, ਸਾਨੂੰ ਪਤਾ ਵੀ ਮਿਲੇਗਾ ਫਾਇਦਾ। ਅੱਛਾ ਅੱਛਾ। ਹਾਂਜੀ, ਕੀ ਨਾਮ ਤੁਹਾਡਾ? ਰਾਜ ਰਾਜੋ। ਐਨਕਾਊਂਟਰ ਨਿਊਜ਼ ਜਲੰਧਰ ਤੋਂ ਅਨਿਲ ਵਰਮਾ ਦੀ ਰਿਪੋਰਟ।